ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਦੇ ਕਿਸੇ ਨੂੰ ਮੱਥਾ ਨਹੀਂ ਟੇਕਣਾ ਕਿ ਕੋਈ ਸਾਧ ਆਵੇ, ਕੋਈ ਸੰਤ ਆਵੇ, ਕਿੱਡਾ ਵੱਡਾ ਮਰਜ਼ੀ ਆਵੇ, ਕਿਸੇ ਦੇ ਪੈਰਾਂ 'ਤੇ ਮੱਥਾ ਟੇਕਣ ਦੀ ਕੋਈ ਲੋੜ ਨਹੀਂ। ਵੱਧ ਤੋਂ ਵੱਧ ਸਤਕਾਰ ਹੱਥ ਜੋੜ ਕੇ ਫਤਿਹ ਬਣੋ। ਇਹ ਸਭ ਤੋਂ ਵੱਡਾ ਸਤਕਾਰ ਹੈ। ਇਹਦੋ ਵੱਡਾ ਜਿਹੜਾ ਆਦਰ ਚਾਹੁੰਦਾ, ਸਮਝ ਲਓ ਕਿ ਅੰਦਰ ਪਖੰਡ ਹੈ। ਅਗਾਂਹ ਵੱਧ ਜਾਂਦੇ ਨੇ, ਮਾਵਾਂ ਧੀਆਂ ਤੋਂ ਮੱਥਾ ਟਿਕਾਉਂਦੇ ਨੇ, ਮੱਥਾ ਟੇਕਦਿਆਂ ਟੇਕਦਿਆਂ ਤੋਂ ਪੈਰਾਂ ਨੂੰ ਖਿੱਚਣ ਲੱਗ ਜਾਂਦੀਆਂ ਨੇ। ਜਿਸ ਨੂੰ ਪੈਰਾਂ ਤੋਂ ਕੱਢ ਲਈ ਉਹ ਸਿਰ ਪਰ ਨਹੀਂ ਡਿੱਗੇਗਾ ਕਿ ਨਹੀਂ ਡਿੱਗੇਗਾ। ਜਿਹੜਾ ਸਾਧ ਪੈਰਾਂ ਤੇ ਮਾਈਆਂ ਪੈਰਾਂ ਤੋਂ ਮੱਥਾ ਟਿਕਾਉਣ ਲੱਗ ਪਿਆ ਹੈ, ਉਹ ਕਿੰਨਾ ਚਿਰ ਕਾਇਮ ਰਹੇਗਾ? ਕਦੇ ਵੀ ਨਹੀਂ। ਇਸ ਮਕਾਨ ਦੀ ਨੀਂਹ ਥੱਲੇ ਪੱਟ ਲਈਏ ਜ਼ਰੂਰ ਡਿੱਗੇਗਾ, ਤੇ ਜਿਹਦੇ ਪੈਰ ਹੀ ਫੜ ਕੇ ਖਿੱਚ ਲੈ ਉਹ ਬੰਦਾ ਜ਼ਰੂਰ ਡਿੱਗੇਗਾ। ਇਸ ਵਾਸਤੇ ਮੱਥਾ ਟੇਕਣਾ ਵੀ ਪਾਪ ਤੇ ਮੱਥਾ ਟਿਕਾਉਣਾ ਵੀ ਪਾਪ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕਦੇ ਕਿਸੇ ਅੱਗੇ ਨਾ ਝੁਕਣਾ ਹੈ, ਨਾ ਕਿਸੇ ਨੂੰ ਝੁਕਾਉਣਾ ਹੈ। ਸਮੁੱਚੇ ਤੌਰ ਤੇ ਗੁਰੂ ਕੀ ਸੰਗਤ ਅੱਗੇ ਮੱਥਾ ਟੇਕ ਦੇਣਾ ਇਹ ਪੁੰਨ, ਇਹ ਕੋਈ ਪਾਪ ਨਹੀਂ।